ਅਸਲਾਮ ਵਾਲੇਕਮ ਸਿਆਸੀ ਡੈਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ ਯਕੀਨ ਕਰੋ ਕਿ ਹਰ ਪਾਸੇ ਤੋੜਾਂ ਪੁੱਟੀਆਂ ਜਾਂਦੀਆਂ ਨੇ ਪਈਆਂ ਜੋ ਜੋ ਅਸੀਂ ਤੁਹਾਡੇ ਨਾਲ ਗੋਸ਼ਟਗੁਜ਼ਾਰ ਕਰ ਰਹੇ ਸੀ ਪਿਛਲੇ ਚੰਦ ਹਫ਼ਤਿਆਂ ਤੋਂ ਕਿ ਰੰਦਾ ਫਿਰਨਾ ਹੈ ਸਪਟੰਬਰੇ ਬੜੇ ਲੋਕ ਸਾਹਮਣੇ ਆਣੇ ਨੇ ਬੜੇ ਬਾਜ਼ਿਆਬ ਹੋਣੇ ਨੇ ਬੜੇ ਗ੍ਰਿਸ਼ਤਾਰ ਹੋਣੇ ਨੇ ਬੜਿਆਂ ਦੀਆਂ ਡੀਲਾਂ ਹੋ ਰਹੀਆਂ ਨੇ بڑے ਮਾਫੀਆ ਮੰਗ ਰਹੇ ਨੇ ਇਹ ਸਾਰੀਆਂ ਗੱਲਾਂ ਅਸੀਂ ਜੋ-ਜੋ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਹੇ ਆ ਆਪਣੇ ਤੁਸੀਂ ਮਿੱਠੇ ਔਰ ਮਿੱਠੀਆਂ ਜਿਹੜੇ ਸਾਡੇ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਅੱਜ ਤੁਹਾਡੇ ਸਾਹਮਣੇ ਹਰ ਚੀਜ਼ ਬੇਨਕਾਬ ਹੋ ਰਹੀ ਏ ਔਰ ਜਿਵੇਂ ਅਸੀਂ ਤੁਹਾਨੂੰ ਦੱਸਨੇ ਆ ਉਹਦੇ ਕਰੀਬ-ਕਰੀਬ ਅਸੀਂ ਜਾਣੇ ਹੁੰਨੇ ਆ ਕਿਉਂਕਿ ਹਕੀਕਤ ਤੇ ਸਿਰਫ ਉਹ ਰੱਬ ਦੀ ਜ਼ਾਤ ਹੈ ਅਸੀਂ ਤੇ ਇਨਫਾਰਮੇਸ਼ਨ ਦੇ ਸਾਕਤਾਬ ਦੇ ਵਿੱਚ ਆ ਕੇ ਕੜੀਆਂ ਜਿਹੜੀਆਂ ਨੇ ਉਹ ਮਲਾ ਕੇ ਸਾਡੇ ਜਿਹੜੇ ਜਿੰਨ ਉੱਥੇ ਰਹਿੰਦੇ ਨੇ ਉਹਨਾਂ ਦੇ ਨਾਲ ਸਾਫਤਾਬ ਲਾ ਕੇ ਤੇ ਤੁਹਾਡੇ ਸਾਹਮਣੇ ਗੱਲ ਜਿਹੜੀ ਉਹ ਰੱਖਣੀ ਹੁੰਦੀ ਏ ਤੇ ਉਹ ਲਾ ਲਈ ਪੂਰੀ ਹੋ ਜਾਂਦੀ ਏ ਇਹਦੇ ਵਿੱਚ ਕੋਈ ਸਾਡਾ ਕਮਾਲ ਨਹੀਂ ਆ ਇਹ ਤੇ ਜਿਹੜੇ ਸਾਡੇ ਮਿੱਠੇ ਨੇ ਸਾਡੇ ਨਾਲ ਪਿਆਰ ਕਰਦੇ ਨੇ ਉਹਨਾਂ ਦਾ ਕਮਾਲ ਏ ਨਾ ਸਾਡਾ ਤਾਂ ਕੋਈ ਕਮਾਲ ਨਹੀਂ ਇਸ ਤੇ ਤੁਹਾਡੇ ਤੱਕ ਪੇਗਾਮ ਪਹੁੰਚਾਣਾ ਹੁੰਦਾ ਹਕੀਕਤ ਦੇ ਕਰੀਬ-ਕਰੀਬ ਚੀਜ਼ ਜਿਹੜੀ ਏ ਉਹ ਤੁਹਾਨੂੰ ਦੱਸਣੀ ਹੁੰਦੀ ਏ ਇਹ ਪਿਛਲੇ ਹਫਤੇ ਹੀ ਇਹ 6-7 ਦਿਨ ਪਹਿਲੇ ਮੈਂ ਤੁਹਾਨੂੰ ਕਿਹਾ ਸੀ ਕਿ ਇਮਰਾਨ ਰਿਆਜ਼ ਦੀ ਡੀਲ ਜਿਹੜੀ ਏ ਉਹ ਹੋ ਚੁੱਕੀ ਏ ਬਸ ਗਰੰਟੀ ਸ਼ਰੰਟੀ ਜਿਹੜੀ ਨਾ ਉਹ ਬਾਕੀ ਏ ਤੇ 3 ਦਿਨ ਪਹਿਲੇ ਮੈਂ ਤੁਹਾਨੂੰ ਤੁਹਾਨੂੰ ਕਿਹਾ ਕਿ ਗਰੰ ਤੇ ਹਜੇ ਉਹ ਫਿਲਹਾਲ ਅੰਦਰ ਹੀ ਹੈ ਜੇ ਅਗਲੇ 24 ਘੰਟਿਆਂ 'ਚ 72 ਘੰਟਿਆਂ 'ਚ ਗਰੰਟੀ ਮਿਲ ਜਾਂਦੀ ਏ ਤੇ ਇਮਰਾਨ ਰਿਆਜ਼ ਖਾਨ ਜਿਹੜੇ ਨੇ ਉਹ ਆਪਣੇ ਘਰ ਦੇ ਕਮਰੇ ਦੇ ਵਿੱਚੋਂ ਨਿਕਲ ਕੇ ਬਾਹਰ ਆ ਜਾਣਗੇ ਇਹ ਦੋਵੇਂ ਵੀਡੀਓ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਇਮਰਾਨ ਰਿਆਜ਼ ਦੇ ਬਾਰੇ ਸਾਡੀਆਂ ਪਈਆਂ ਨੇ ਸਾਡੇ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਠੀਕ ਹੋ ਗਿਆ ਨਾ ਜੀ ਤੇ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਇਹ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਡਾਲਰ ਮਾਫੀਆ ਦੇ ਖਿਲਾਫ ਵੀ ਆਪਰੇਸ਼ਨ ਜਾਰੀ ਹੈ ਔਰ ਯੂਥੀਆ ਮਾਫੀਆ ਦੇ ਖਿਲਾਫ ਵੀ ਆਪਰੇਸ਼ਨ ਜਾਰੀ ਹੈ 9 ਮਈ ਦੇ ਹਵਾਲੇ ਦੇ ਨਾਲ ਨਵੀਂ ਲਿਸਟ ਜਿਹੜੀ ਹੈ ਉਹ ਜਾਰੀ ਹੋ ਚੁੱਕੀ ਹੈ। ਔਰ ਐਂਟੀ ਕਰਪਸ਼ਨ ਜਿਹੜੀ ਹੈ ਉਹਨੇ ਆਪਣਾ ਰੰਦਾ ਜਿਹੜਾ ਮਿੱਠਾ ਜੀ ਦੇ ਕਹਿਣ ਤੇ ਸ਼ੁਰੂ ਕਰ ਦਿੱਤਾ ਹੈ। ਤੇ ਲੰਮੇ ਰੌੜੇ ਨੇ ਤੇ ਲੰਮੇ ਰਫਣੇ ਮੀਆਂ ਨਵਾਸ਼ ਸ਼ਰੀਫ ਆ ਰਿਹਾ, ਗੱਜ ਵੱਜ ਕੇ ਆ ਰਿਹਾ ਤੇ ਤੜਲੇ ਦੇ ਨਾਲ ਆ ਰਿਹਾ। ਤੇ ਬੜਿਆਂ ਬੜਿਆਂ ਦੇ ਇਹ ਖਾਬ ਜਿਹੜੇ ਨੇ ਉਹ ਚਕਨਾ ਚੂਰ ਹੋਣ ਵਾਲੇ ਨੇ ਅਰਸ਼ਾਦ ਪੱਟੀ, ਅਬਦੁਲ ਮੀਦ ਪੱਟੀ, ਸਾਬਰ ਸ਼ਾਕਰ ਜੌਡੀ ਡੌਲੀ ਮਸਤੀ ਪਿਸਤੀ ਇਹ ਸਾਰਿਆਂ ਦੇ ਖਾਬ ਜਿਹੜੇ ਨੇ ਉਹ ਚੱਕਣਾ ਚੂਰ ਹੋਣ ਲੱਗੇ ਨੇ ਠੀਕ ਹੋ ਗਿਆ ਤੇ ਵੱਡੀਆਂ ਗ੍ਰਿਫਤਾਰੀਆਂ ਹਜੇ ਹੋਣੀਆਂ ਨੇ ਹਜੇ ਤਾਂ ਕੁਝ ਵੀ ਨਹੀਂ ਹੋਇਆ ਯਾਰ ਹਜੇ ਤੇ ਐਵੇਂ ਦਾਲ ਦਲਿਆ ਸ਼ਾਹੀਪਾ ਕਰਦੇ ਨੇ ਹਜੇ ਤੇ ਬੜਾ ਕੁਝ ਹੋਣਾ ਠੀਕ ਹੋ ਗਿਆ ਨਾ ਤੇ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਦਾ ਬਟਨ ਦਬਾ ਲਓ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਹੱਛਾ ਜਾਂ ਬੁਰਾ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਲੈ ਕੇ ਹਾਜ਼ਰ ਹਾਂ Imran Riaz ਸਾਹਮਣੇ ਆ ਗਿਆ ਕਿੱਥੇ ਰੂਪੋਸ਼ ਸੀ ਦਾਸਤਾਨ ਸਾਰੀ ਸਰਾਵਾਂਗਾ ਜਲਦੀ ਜਲਦੀ ਦੇ ਵਿੱਚ ਠੀਕ ਹੋ ਗਿਆ ਇਹ ਦੱਸਣਿਆ ਤੁਹਾਨੂੰ ਪੀਰਨੀ ਦਾ ਅਸਲ ਸ਼ੌਹਰ ਖਾਰਫ ਖਾਵਰ ਮਨੇ ਕਾ ਗ੍ਰਿਫਤਾਰ ਅਸੀਂ ਪੀਰਨੀ ਦੇ ਪਿੱਛੇ ਚੜੇ ਆ ਕਿ ਸ਼ਾਹ ਜੀ ਪੀਰਨੀ ਨੂੰ ਗ੍ਰਿਫਤਾਰ ਕਰੋ ਤੇ ਤੁਸੀਂ ਇਹ 24 100 ਕਰੋੜ ਵਾਲਾ ਜਿਹੜਾ ਇਹ ਇਹ ਸ਼ੋਰ ਨੰਬਰ 1 ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਇਹ ਕੀ ਮਾਮਲਾ ਹੈ ਇਹ ਵੀ ਤੁਹਾਨੂੰ ਦੱਸਣਿਆ ਅੱਗੇ ਆਜੋ ਜਨਾਬ ਅਟਕ ਜੇਲ ਤੋਂ ਅਡੇਆਲਾ ਜੇਲ ਜ਼ਮਾਨਤ ਨਾ ਹੋ ਸકી ਇਹ ਕੀ ਮਾਮਲੇ ਨੇ ਇਵੀ ਅਸੀਂ ਤੁਹਾਡੇ ਗੋਸ਼ਕੁਦਾਰ ਕਰਨਾ ਹੈ ਪਹਿਲੀ ਖਬਰ ਤੇ ਆਜੋ ਵੱਡੀ ਖਬਰ ਤੇ ਆਜੋ ਤਲਕੇ ਤੇ ਆਜੋ ইমরান ਰਿਆਜ਼ ਖਾਨ ਖਾਸ ਤੌਰ ਤੇ ਜਿਹੜਾ ਯੂਥੀਆ ਬਾਹਰ ਦੇ ਮੁਲਕਾਂ ਚ ਰਹਿੰਦਾ ਹੈ ਉਹਨਾਂ ਦਾ ਇਹ ਤੁਸੀਂ ਸਮਝੋ ਕਿ ਬਹਿਨੋਈ ਟਾਈਪ ਕਹਿ ਲੋ ਜਾਂ ਜੀਜਾ ਜੀ ਕਹਿ ਲੋ ਜਾਂ ਮਤਲਬ ਹੈ ਭਾਈ ਨਿਕੀਆਂ ਵਿਆਈਆਂ ਉਹਦੇ ਨਾਲ ਇਹ ਕਹਿਣਾ ইমরান ਰਿਆਜ਼ ਖਾਨ ਨਾਲ ਔਰ ਉਹ ਜਿਹੜਾ ਉਹਨੇ ਇਹ ਜਿਹੜੇ ਇਹਦੇ ਸਾਲੇ ਨੇ ਸਾਰੇ ਯੂਰਪ ਵਿੱਚ ਅਮਰੀਕਾ ਵਿੱਚ ਬਰਤਾਨੀਆ ਵਿੱਚ ਇਹ ਮਤਲਬ ਉਹ ਸਾਲਿਆਂ ਦੇ ਨਾਂ ਤੇ ਰਿਆਸਤ ਦੇ ਖਿਲਾਫ ਉਹ ਵੀਡੀਓ ਬਣਾਉਂਦਾ ਰਿਹਾ ਫੌਜ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਇਹ ਆਪਣੇ ਸਾਰਿਆਂ ਨੂੰ ਖੁਸ਼ ਕਰਨ ਵਾਸਤੇ ਇਵੇਂ ਗੱਲ ਹੈ ਕਿ ਨਹੀਂ ਉਹ ਫਿਰ ਤੁਹਾਨੂੰ ਪਤਾ ਹੈ ਕਿ 9 ਮਈ ਤੇ ਦੋ ਪਹਿਲੇ ਜ਼ਮਾਨਪਾਰਕ ਵਿੱਚ ਉਠੋ ਕੱਟਕਾਈ ਮਾਇਆ ਸਨਮ ਜ਼ਵੇਦ ਸਾ ਇਹ ਸਾਰੇ ਇੱਕ ਗਰੁੱਪ ਸੀ ਤੇ ਇਹ ਇਮਰਾਨ ਰਿਆਜ਼ ਜਿਹੜਾ ਇਹ ਬੜੀ ਪੁਰਾਣੀ ਸੀ ਤੁਸੀਂ ਸਾਡੀ ਅਗਰ ਸਭ ਤੋਂ ਅੱਜ ਤੋਂ 3 ਸਾਲ ਪਹਿਲੋ ਜਿਹੜੀਆਂ ਸਾਡੀਆਂ ਨਵੀਆਂ-ਨਵੀਆਂ ਜਦੋਂ ਅਸੀਂ ਮਾਰਕੀਟ 'ਚ ਆਏ ਸੀ ਮਿੱਠਾ ਜੀ ਉਹ ਵੀਡੀਓ ਵੇਖੋ ਨਾ ਤੇ ਉਹਦੇ 'ਚ ਅਸੀਂ ਤੁਹਾਨੂੰ ਦੱਸਿਆ ਕਿ ਇਹ ਇਮਰਾਨ ਰਿਆਜ਼ ਖਾਨ ਜਿਹੜਾ ਹੈ ਇੱਕ ਗੋਗੀ ਔਰ ਪੀਰਨੀ ਦੇ ਅੱਡੇ ਤੇ ਹੁੰਦਾ ਸੀ ਇਹਦੇ ਕੋਲ ਕਵਾਸਕੀ ਮੋਟਰਸਾਈਕਲ ਹੁੰਦਾ ਸੀ ਤੇ ਜੇਲ ਰੋਡ ਤੇ ਜਿਹੜਾ ਉਹਨਾਂ ਦਾ ਫਲੈਟ ਸੀ ਨਾ ਰੋਜ਼ਨਾਮਾ ਪਾਕਿਸਤਾਨ ਤੋਂ ਐਵੇਂ ਥੋੜਾ ਜਿਆਦਾ ਦੂਰ ਉਹਨਾਂ ਮੰਜਲ ਨਹੀਂ ਦੱਸਣੀ ਤੇ ਨਾ ਹੀ ਮੈਂ ਨਾਂ ਦੱਸਣਾ ਪਲਾਜ਼ਾ ਦਾ ਉਹਨਾਂ ਪਤਾ ਨਹੀਂ ਉੱਥੇ ਹੈ ਕਿ ਨਹੀਂ ਉਦੋਂ ਨਵਾਂ-ਨਵਾਂ ਬਣਿਆ ਸੀ ਤੇ ਅਸੀਂ ਉਦੋਂ ਜਵਾਨੀ ਫੁੱਟਦੀ ਸੀ ਪੀ ਸਾਡੀ ਲਾਹੌਰ ਦੇ ਵਿੱਚ ਤੇ ਅਸੀਂ ਵੀ ਸ਼ਿਕਾਰੀ ਹੁੰਦੇ ਸੀ ਠੀਕ ਹੈ ਨਾ ਤੇ ਸ਼ਿਕਾਰ ਦੇ ਚੱਕਰ 'ਚ ਅਸੀਂ ਨਿਕਲਦੇ ਸੀ ਕਿ ਮਤਲਬ ਸਾਖਤਾ ਵਿੱਚ ਤੇ ਉੱਥੋਂ ਫਿਰ ਸਾਨੂੰ ਇੱਕ ਗਵੇੜ ਲੱਗਾ ਉਦੋਂ ਇਹਨਾਂ ਦਾ ਕੋਈ ਪਤਾ ਨਹੀਂ ਸੀ ਹੁੰਦਾ ਬਈ ਕੌਣ ਨੇ ਇਹ ইমরান ਰਿਆਜ਼ਾ ਨੌਜਵਾਨ ਜਾਂ ਮੁੰਡਾ ਕਾਵਸਾ ਕੀਤੇ ਫਿਰਦਾ ਤੇ ਇਹ ਨਿੰਮ ਕੋ ਸ਼ਿਮ ਕੋ ਪਾਣੀ ਚਿੱਟਾ ਕਾਲਾ ਇਹ ਉੱਤੇ ਖੜਦਾ ਮਹਿਮਾਨ ਲਿਆਉਂਦਾ ਚੜਦ ਉਦੋਂ ਸਾਨੂੰ ਕੀ ਪਤਾ ਸੀ ਬਈ ਅੱਗੇ ਜਾ ਕੇ ਸਾਡੇ ਇਹ ਮੁਲਕ ਦੀ ਗਲੇ ਦੀ ਹੱਡੀ ਬਣ ਜਾਣੀ ਹੈ ਇਹ ਤਰੇ ਜੋੜਾ ਜਿਹੜਾ ਆ ਤਰਪੇਟਾ ਜਿਹੜਾ ਪੀਰਨੀ ਗੋਗੀ ਤੇ ইমরান ਰਿਆਜ਼ ਠੀਕ ਹੋ ਗਿਆ ਨਾ ਤੇ ਉਹ ਵੀਡੀਓ ਪਈਏ ਤੁਸੀਂ ਵੇਖ ਲੈਣਾ ਜਾ ਕੇ ਇਹ 9 ਮਈ ਤੋਂ ਪਹਿਲੇ ਇਹਨੇ ਕਾਫੀ ਵੀਡੀਓ ਕੀਤੀਆਂ ਔਰ ਟੱਕਰ ਦੇ ਲੋਕ ਔਰ ਫੜ ਲੋ ਤੇ ਛਕਦੇ ਹੋ ਤੇ ਇਹ ਕਰ ਦਿਆਂਗੇ ਉਹ ਕਰ ਦਿਆਂਦੇ ਫੌਜ ਖਤਮ ਕਰ ਦਿਆਂਗੇ ਮੁਲਕ ਖਤਮ ਕਰ ਦਿਆਂਗੇ ইমরান ਖਾਨ ਦੇ ਇਹ ਸਾਰਾ ਖਤਮ ਜਿਹੜਾ ਨਾ ਉਹ ਪੂਰੇ ਨੇ تسਲੀ ਕੀਤੀ ਸੀ 10 ਮਈ ਨੂੰ ਇਹ ਆਪਣਾ ਗਰੁੱਪ ਲੈ ਕੇ ਦੁਬਈ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਆਪਣਾ ਗਰੁੱਪ ਦੋ ਕੁੜੀਆਂ ਦੇ ਨਾਲ ਸੀ ਤੇ ਦੋ ਮੁੰਡੇ ਪੂਰਾ ਗਰੁੱਪ ਜਿਹੜਾ ਦਾ YouTube ਦਾ ਟੀਮ ਪੂਰੀ ਲੈ ਕੇ ਇਹ ਦੁਬਈ ਨਸਨ ਦੀ ਕੋਸ਼ਿਸ਼ ਕਰਦਾ 10 ਮਈ ਨੂੰ ਸਵੇਰੇ 6:30 ਵਜੇ ਠੀਕ ਹੋ ਗਿਆ ਇਸ ਤੋਂ ਪਹਿਲੇ ਉਹ 2 ਮਿੰਟ ਮੈਂ ਲਾ ਲਵਾਂ ਜਿਹੜੇ ਉਹ 12 13 ਦਿਨ ਸੀ ਨਾ 9 ਮਈ ਤੋਂ ਲੱਗ ਕੇ ਤੇ 1 ਮਈ ਤੋਂ ਲੱਗ ਕੇ ਯਾਨੀ 1 ਤੋਂ 9 ਤੱਕ ਇਹ ਜੂਏ ਦਾ ਅੱਡਾ ਜਿਹੜਾ ਹੈ ਇਹ ਚਲਾਉਂਦਾ ਸੀ ਬਲਕਿ ਇਹ 파ਟਨਰ ਸੀ ਉਸ ਜੂਏ ਦੇ ਅੱਡੇ ਦੇ ਵਿੱਚ ਬਿੱਲੀ ਢਾਰ ਔਰ ਅੱਗੇ ਕਿਹੜਾ ਸ਼ੌਕਤ ਬੱਗਾ ਸ਼ੌਕਤ ਬੱਗਾ ਔਰ ਬਿੱਲੀ ਢਾਰ ਸਿਆਲਕੋਟ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਮੈਂ ਹੁਣ ਉਹ ਜਗ੍ਹਾ ਵੀ ਦੱਸਣਾ ਜ਼ਿਲ੍ਹਾ ਸਿਆਲਕੋਟ ਮੈਂ ਕਰ ਲੋ ਇੰਜ ਕਰਕੇ ਕਰ ਲੈਣਾ ਇਹ ਉਹਨਾਂ ਦੇ ਨਾਲ ਮਿਲ ਕੇ ਤੇ ਜੂਏ ਦਾ ਅੱਡਾ ਕ੍ਰਿਕਟ ਸਪੋਰਟ ਇਹ ਸਾਰਾ ਖਾਤਾ ਜਿਹੜਾ ਹੈ ਨਾ ਗੋਲ ਕਰਦੇ ਸੀ ਕਿਉਂਕਿ ਪੈਸਾ ਇਹਦੇ ਕੋਲ ਬੇਤਹਾਸ਼ਾ ਹੈ ਬਾਹਰੋਂ ਜਿਹੜੇ ਦੇ ਸਾਲੇ ਨੇ ਏ ਯੂਟੀਬ 에 ਉਹਦਾ ਪ੍ਰੋਗਰਾਮ ਵੇਖ ਵੇਖ ਕੇ ਤੇ ਉਹਨੂੰ ਹਾਈ ਰੇਟਿੰਗ ਦੇ ਦੇ ਕੇ ਤੇ ਨਾਲ ਜਿਹੜਾ 27 ਕਰੋੜ ਰੁਪਏ ਸਲਾਨਾ ਉਹ Imran Khan ਕੋਲ ਲੈਂਦਾ ਸੀ ਡਿਜੀਟਲ ਮੀਡੀਆ ਸੈੱਲ ਚ ਹੁੰਦੇ ਉਹ ਤੇ ਅਰਪਤੀ ਬਣ ਗਿਆ ਸੀ ਉਹਦੇ ਨਿਕਲ ਗਿਆ ਸੀ ਉਤਾਂ ਉਹਨੇ ਗਿਆ ਬਈ ਪੈਸਾ ਮੈਂ ਕਰਾਂ ਕਿ ਕਿੱਥੇ ਕਾਵਾ ਸਾਗੀ ਮੋਟਰਸਾਈਕਲ ਪੀਨੀ ਔਰ ਗੋਗੀ ਦੇ ਅੱਡੇ ਤੇ ਸ਼ਰਾਬ ਨਿੰਕੋ ਤੇ ਮਾਇਆ ਸੱਜ ਖਵੇ ਕਰਨੀਆਂ ਤੇ ਕਿੱਥੇ ਆ ਸ਼ਾਬਸ਼ਾਬਾ YouTube ਦਾ ਉਨੇ ਜੁਆਡ ਖੇਡਣਾ ਸ਼ੁਰੂ ਕਰ ਦਿੱਤਾ ਅੱਡਾ ਬਣਾ ਲਿਆ ਜ਼ਿਲ੍ਹਾ ਸਿਆਲਕੋਟ ਚ ਸ਼ੌਕਤ ਬੱਗਾ ਤੇ ਬਿੱਲੀ ਡਾਰ ਇਹ ਜਿਹੜੇ 10 ਦਿਨ ਸੀ ਨਾ ਯਕਮ ਤੋ ਲਾ ਕੇ ਨਾ 10 ਤੱਕ ਇਹ ਉੱਥੇ ਰਿਹਾ ਉੱਥੇ ਫਿਰ ਇਹਦੀ ਲੜਾਈ ਹੁੰਦੀ ਹੈ ਲੜਾਈ ਹੋਣ ਤੋਂ ਬਾਅਦ ਇਹਦੇ ਸਿਰ ਤੇ ਛੱਟ ਲੱਗਦੀ ਹੈ ਛੱਟ ਲੱਗਣ ਤੋਂ ਬਾਅਦ ਇਹ ਖਾਤਾ ਖਰਾਬ ਹੁੰਦਾ ਹੈ ਖਾਤਾ ਖਰਾਬ ਹੋਣ ਤੋਂ ਬਾਅਦ ਇਹ ਠੀਕ ਹੁੰਦਾ ਹੈ ਠੀਕ ਹੋਣ ਤੋਂ ਬਾਅਦ ਅਗੋਂ 9 ਮਈ ਹੋ ਜਾਂਦਾ ਹਲਕਾ ਫੁਲਕਾ ਠੀਕ ਸੀ ਇਹਨਾਂ ਕਿਹਾ ਨਿਕਲੋ ਕਿਉਂਕਿ ਸਭ ਤੋਂ ਪਹਿਲੇ ਤਾਂ ਮੈਂ ਭੜਿਆ ਜਾਣਾ ਨਾਇਰ ਗੋਲ ਖਲਾਏ ਨਿ ਜ਼ਮਾਨਪਾਰ ਕਿਸਤੀਆ ਜਿਹੜੀਆਂ ਟਵੀਟਾਂ ਕੀਤੀਆਂ ਨੇ ਕੱਲ ਪਰਸੋਂ ਚਾਉਧੀਆਂ ਕਿ ਫੜ ਲਓ ਤੇ ਇਹ ਕਰਦੇ ਹੋ ਤੇ ਉਹ ਕਰਦੇ ਇਹਨਾਂ ਖਤਾ ਗੋਲ ਇਹ ਦੁਬਈ ਨੇ ਸੰਦੀ ਕੋਸ਼ਿਸ਼ ਕੀਤੀ ਇਹਨੂੰ ਫੜ ਲਿਆ ਸਿਆਲਕੋਟ ਉੱਥੇ 에어ਪੋਰਟ ਦੇ ਉੱਤੇ ਉਸ ਤੋਂ ਬਾਅਦ ਫਿਰ ਇਹ ਇਹ ਜਿਹੜਾ ਨਾ ਇਹ ਨੂੰ ਫਿਰ ਜਦੋਂ ਫੜ ਲਿਆ ਫੜਨ ਤੋਂ ਬਾਅਦ ਕੋਈ ਹਫ਼ਤਾ 10 ਦਿਨ ਜਿਹੜਾ ਹੈ ਇਹ ਜ਼ਹਿਰੀ ਗੱਲ ਹੈ ਪੁਲਿਸ ਕੋਲ ਰਿਆ ਸਿਆਲਕੋਟ ਦੀ ਪੁਲਿਸ ਕੋਲ ਔਰ ਉਸ ਤੋਂ ਬਾਅਦ ਇਹਦਾ ਜਦੋਂ ਪਤਾ ਲੱਗਾ ਕਿ ਇਹਦਾ ਦਿਮਾਗੀ ਤਵਾਜਨ ਨਹੀਂ ਠੀਕ ਤੇ ਆ ਜਿਹੜੀ ਸੱਟ ਲੱਗੀ ਇਹਨੂੰ ਜੂਏ ਤੇ ਅੱਡੇ ਤੇ ਉਹਦੀ وجہ ਤੋਂ ਇਹ ਹਿੱਲ ਗਿਆ। ਹਿੱਲ ਗਿਆ ਹਿੱਲ ਗਿਆ। ਤੇ ਇਹ ਆਪਣੇ ਜਿਹੜਾ ਇਹਦਾ ਖਾਨਦਾਨ ਹੈ ਜਿੱਥੇ ਦੀ ਵਾਈਫ ਹੈ, ਬੱਚੇ ਨੇ, ਪਿਓ ਹੈ ਉਹਨਾਂ ਦੇ ਕੋਲ ਇਹਨੂੰ ਛੱਡ ਦਿੱਤਾ ਗਿਆ। ਔਰ ਧਿਆਨ ਤਾਂ ਪਾ ਰੱਖਿਆ ਗਿਆ ਕਿ ਇਹ ਨਾ ਬਾਹਰ ਨਿਕਲੇ, ਨਾ ਇਹ ਕਿਸੇ ਮੀਡੀਆ ਤੇ ਆਏ, ਨਾ ਇਹ ਕਿਤੇ ਜਾਏ ਆਪਣੇ ਬਾਲ ਬੱਚਿਆਂ ਦੇ ਕੋਲੇ ਸਕੂਨ ਕਰੇ। ਇਹ ਅੱਧਾ ਤੇ پاگل ਹੋ ਚੁੱਕਿਆ ਤੇ ਇਹ ਨਾ ਹੋਵੇ ਕਿ ਚਾਰ ਸੱਟਾਂ ਨੂੰ ਹੋਰ ਲੱਗ ਜਾਣ ਤੇ ਪੂਰੇ ਦਾ ਪੂਰਾ پاگل ਹੋ ਜਾ ਤੇ ਇਹ ਬਾਲ ਬੱਚਾ ਜਿਹੜਾ ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਰਖਵਾਲੀ ਕੌਣ ਕਰੇਗਾ ਉਹਨਾਂ ਤੇ ਚਲੋ ਇਹ ਪੁਲਿਸ ਵਾਲਿਆਂ ਨੇ ਜਾਂ ਅਦਾਰਿਆਂ ਨੇ ਉਹਨਾਂ ਦੇ ਚਲੋ ਇੱਕ ਸਹੂਲਤ ਦਿੱਤੀ ਨਾ ਕਿ ਯਾਰ ਤੇਰੇ ਛੋਟੇ ਛੋਟੇ ਬੱਚੇ ਨੇ ਅੱਧਾ ਦੂ پاگل ਹੋ ਚੁੱਕੇ ਆ ਜੂਏ ਤੇ ਅੱਡੇ ਤੇ ਤੇ ਜੇ ਹੁਣ ਤੈਨੂੰ ਕਿਤੇ ਕੋਈ ਸੱਟ ਲੱਗੀ ਤੇ ਤੂੰ ਸਾਰਾ پاگل ਹੋ ਜਾਣਾ ਤੇ ਜਾ ਆਪਣੇ ਬੱਚਿਆਂ ਦੇ ਕੋਲ ਬਹੁਤ ਸਕੂਨ ਕਰ ਇਹ ਸਰਕਾਰ ਪਿਛਲੇ 5 ਮਹੀਨੇ ਤੋਂ ਆਪਣੇ ਘਰ ਦੇ ਵਿੱਚ ਸੀ ਜਿਹੜਾ ਇਹਦਾ ਉਹ ਕਾਰ ਨਹੀਂ پتہ ਨਹੀਂ 8 ਕਨਾਲ ਦਾ ਇੱਕ 10 ਕਨਾਲ ਦਾ ਐ ਲੌਰ ਦੇ ਵਿੱਚ ਯਾਰ ਠੀਕ ਹੋ ਗਿਆ ਨਾ ਉੱਥੇ ਇਹ ਉਹਦੇ ਵਿੱਚ ਸੀ ਇਹ ਸਕੂਨ ਕਰ ਰਿਹਾ ਸੀ ਮਜ਼ੇ ਦੇ ਵਿੱਚ ਸੀ ਔਰ ਸਾਰਾ ਸਾਹਕ ਤਾਂ ਜਿਹੜਾ ਨਾ ਕਦੀਕਦਾਰ ਦੂ ਤਰਮ ਹਫ਼ਤੇ ਬਾਅਦ ਵਕੀਲ ਨੂੰ ਰੁਪਈਆ ਲੱਖ ਦੇਣਾ ਕਿ ਤੂੰ ਜਰਾ ਅਦਾਲਤ ਤੇ ਜਾ ਕੇ ਤੇ ਜਰਾ ਕਹ ਦੇ ਜੀ ইমরান ਰਿਹਾਨ ਨੂੰ ਕਰਾਓ ਵਾਲਾ ਕਿ ਵਕੀਲ ਰਾਤੀ ਉਹਦੇ ਨਾਲ ਬਹਿ ਕੇ ਚਾਹ ਪੀਂਦਾ ਪਿਆਂਦਾ ਸੀ ਇਹੋ ਵਕੀਲ ਮਤਲਬ ਰਾਤੀ ਚਾਹ ਪੀਣੀ ਹੈ ਰੁਪਈਆ ਲੱਖ 2 ਲੱਖ ਜੇਬ ਵਿੱਚ ਪਾਣਾ 4 ਲੱਖ ਤੇ ਚਲੋ ਜੀ ਜਰਾ ਸਵੇਰੇ ਹਾਈ ਕੋਰਟ ਚ ਕਹਿ ਦੋ ਕਿ ਜੀ ਇਮਰਾਨ ਰਿਆਜ਼ ਖਾਨ ਹੀ ਤੇ ਮਿਲਦਾ ਹਾਲਾਂਕਿ ਵਕੀਲ ਰਾਤੀ ਨੂੰ ਮਿਲ ਕੇ ਆਂਦਾ ਸੀ ਸਕੂਨ ਕਰਕੇ ਚਾਹ ਸ਼ਾ ਪੀ ਕੇ ਸਮੋਸੇ ਖਾ ਕੇ ਪਕੌੜੇ ਮੰਡ ਕੇ ਆਂਦਾ ਸੀ ਉਹ ਜਿਹੜਾ ਉਹ ਸ਼ੁਰਲੀ ਵਕੀਲ ਹੈ ਇਹ ਜਨਾਬ ਹੁਣ ਫਿਰ ਇਹ ਪਿਛਲੇ ਕੁ ਦੋ ਤਿੰਨ ਹਫ਼ਤਿਆਂ ਤੋਂ ਇਹ ਗੱਲ ਚੱਲ ਪਈ ਕਿ ਇਹ ਇਹਨੂੰ ਬਾਜ਼ਿਆਬ ਹੋ ਜਾਏ ਤੇ ਇਨਸਾਨ ਬਣ ਜਾਏ ਤੂੰ ਗਰੰਟੀਆਂ ਸ਼ਰੰਟੀਆਂ ਮੰਗੀਆਂ ਗਈਆਂ ਗਰੰਟੀ ਦਿੰਦਾ ਕੋਈ ਨਹੀਂ ਸੀ ਉਵਰ ਹੁਣ ਜੋ ਸਾਡੇ ਸਾਥਤਾ ਵਿੱਚ ਗੱਲ ਆਈਏ ਕਿ ਉਹਦੇ ਪਿਓ ਨੇ ਔਰ ਉਹਦੀ ਬੀਬੀ ਨੇ ਗਰੰਟੀ ਦਿੱਤੀ ਹੈ ਬਾਰੋਂ ਕਿਸੇ ਇਹ ਬੰਦੇ ਨੇ ਗਰੰਟੀ ਨਹੀਂ ਦਿੱਤੀ ਹਾਲਾਂਕਿ ਜਵਾਬਾ ਉਹਦੇ ਜਾਣਨ ਵਾਲੇ ਵੀ ਹੋਣਗੇ ਹਰ ਹਰ ਪਾਸੇ ਹੋਣਗੇ مشورہ آدمی ਸੀ ਲੇਕਿਨ ਕਿਦਰੋਂ ਵੀ ਕਿਸੇ ਨੇ ਉਹਦੀ ਗਰੰਟੀ ਨਹੀਂ ਸੀ ਦਿੱਤੀ ਤੇ ਉਹਦੇ ਵਾਲਦ ਨੇ ਔਰ ਬੇਗਮ ਨੇ ਗਰੰਟੀ ਦਿੱਤੀ ਔਰ ਬੱਚਿਆਂ ਦੀਆਂ ਕਸਮਾਂ ਖਾ ਕੇ ਔਰ ਸਾਰਾ ਸਾਥਤਾ ਕਿ ਇਹ ਬੰਦਾ ਪਾਕਿਸਤਾਨ ਦੇ ਖਿਲਾਫ ਅਗੋਂ ਕੋਈ ਗੱਲ ਨਹੀਂ ਕਰੇਗਾ ਅਗਰ ਇਹ سوشل میڈیا ਤੇ ਆਏਗਾ ਵੀ ਤੇ ਪਾਕਿਸਤਾਨ ਦੀ ਗੱਲ ਕਰੇਗਾ ਔਰ ਪਾਕਿਸਤਾਨ ਦੀ ਹਮਾਇਤ ਵਿੱਚ ਬੋਲੇਗਾ ਅਨਿਆਜ਼ੀ ਸ਼ਾਜ਼ੀ ਤੇ ਇੱਕ ਖਾਤਾ ਤੇ ਯੂਥੀਆ ਇਸ ਖਾਤੇ ਦੇ ਵਿੱਚ ਇਹ ਨਹੀਂ ਜਾਏਗਾ ਇਹ ਨੂੰ انسان ਨਹੀਂ ਪਤਾ ਕਿ ਇਹ ਹੁਣ ਕਦੋਂ ਇਹ ਸੋਸ਼ਲ ਮੀਡੀਆ ਤੇ ਆਂਦਾ ਜਾਂ ਮੀਡੀਆ ਤੇ ਆਂਦਾ ਭਰ ਇਹ ਆਪਣੇ ਘਰ ਦੇ ਵਿੱਚ ਸੀ ਆਪਣੇ ਬਾਲ ਬੱਚੇ ਦੇ ਨਾਲ ਸੀ ਫੁੱਲ ਸਕੂਨ ਦੇ ਵਿੱਚ ਸੀ ਦਿਮਾਗ ਦੀ ਇਹਨੂੰ ਸੱਟ ਲੱਗੀ ਹੈ ਜੂਏ ਦੇ ਅੱਡੇ ਤੇ ਜ਼ਖਮੀ ਹੋ ਚੁੱਕੇ ਹੈ ਅੱਧਾ ਤوازن ਖਰਾਬ ਹੈ ਤੇ ਉਮੀਦ ਹੈ ਕਿ ਇਹ ਹੁਣ ਇਨਸਾਨ ਬਣ ਕੇ ਰਹੇਗਾ ਔਰ ਪਾਕਿਸਤਾਨ ਆਸਤੇ ਗੱਲ ਕਰੇਗਾ ਜਦੋਂ ਵੀ ਕਦੀ ਇਹਦਾ ਦਿਲ ਕੀਤਾ ਲੇਕਿਨ ਹੁਣ ਉਹ ਪਾਗਲ ਹੋ ਚੁੱਕਿਆ ਹੈ ਇਹ ਡਾਕਟਰੀ ਇਤਲਾ ਹੈ ਸਾਡੇ ਕੋਲ ਅੱਗੇ ਆ ਜਾਓ ਜੀ ਪੀਰਨੀ ਦਾ ਅਸਲ ਸ਼ੋਹਰ ਖਾਵਰ ਮਾਨੇਕਾ ਗ੍ਰਫਤਾਰ ਇਹ ਹੁਣ ਪਤਾ ਨਹੀਂ ਅਸਲ ਕਿਹੜਾ ਤੇ ਨਕਲ ਕਿਹੜਾ ਮਤਲਬ ਇੱਕ ਫੁੱਲ ਤੇ ਦੋ ਮਾਲੀ ਇੱਕ ਗੱਡੀ ਤੇ ਦੋ ਡਰਾਈਵਰ ਇੱਕ ਚਿੜੀ ਤੇ ਦੋ ਚਿੜੇ ਇੱਕ ਤੋਤੀ ਤੇ ਦੋ ਤੋਤੇ ਇਹ ਇੱਕ ਮੰਜੀ ਤੇ ਤਰੇ ਲੜ ਇੰਜ ਕਰਕੇ ਕਰ ਲੋ ਮਤਲਬ ਇੱਕ ਦੁਨਨ ਤੇ ਦੋ ਲੜ ਠੀਕ ਹੋ ਗਿਆ ਇਹ ਜਨਾਬ 2400 ਕਰੋੜ ਰੁਪਇਆ ਇਹ ਪੀਰਨੀ ਦੇ ਮੁੰਡਿਆਂ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਂਕ ਅਕਾਊਂਟ ਨੇ ਉਹਦੇ ਵਿੱਚ ਫੜਿਆ ਗਿਆ ਸੀ ਪਿਛਲੇ 3 ਮਹੀਨੇ ਤੋਂ ਇਹ ਪ੍ਰਚਾਰ ਕਰ ਰਹੇ ਸੀ ਕਹ ਰਹੇ ਸੀ ਕਿ ਸਰ ਜੀ ਜਰਾ ਫੜ ਲਓ ਉਹਦੇ ਚ ਇੱਕ ਮੁੰਡਾ ਜਿਹੜਾ ਨਾ ਇਬਰਾਹੀਮ ਉਹ 2 ਮਹੀਨੇ ਪਹਿਲੇ ਦੁਬਈ ਨਸ ਜਾਂਦਾ ਖਮੋਸ਼ੀ ਦੇ ਨਾਲ ਜਦੋਂ ਬਦਾਮਣੇ ਰਿਪੋਰਟਾਂ ਦੇ ਪੈਸੇ ਪੁੱਛੇ ਦੇ ਕੇ ਬੇਲੀ ਨਿਕਲੀ ਜਾਂਦੇ ਨੇ ਹਾਲਾਂਕਿ ਉਹਦਾ ਨਾਂ ਕਾਲੀ ਲਿਸਟ ਵਿੱਚ ਤੇ ਬੇਰਖਿਆਲ ਨਾ ਹੈ ਸੀ ਜਾਂ ਨਹੀਂ ਹੋਣਾ ਤੇ ਉਹ ਨਿਕਲ ਗਿਆ ਉਹ ਅਸਾਂ ਬੜਾ ਰੋਲਾ ਪਾਇਆ ਬਈ ਇੱਕ ਇੱਕ ਕਰਕੇ ਨਿਕਲਦੇ ਨੇ ਪੈ 2200 ਕਰੋੜ ਰੁਪਈਆ ਅਕਾਊਂਟ 'ਚ ਪਿਆ ਬਾਕੀ ਕਬਜ਼ੇ ਜ਼ਮੀਨਾਂ ਇਹ ਉਹ ਤਬਾਦਲੇ ਉਰਾਪਰਾ ਇਹ ਖਾਤਾ 15 1500 2000 ਅਰਬ ਦਾ ਤੇ ਇਹ ਵਾਰੀ ਵਾਰੀ ਨਿਕਲੀ ਜਾਂਦੇ ਨੇ ਤੇ ਖਬਰ ਮਨੇ ਕ ਵੀ ਨਿਕਲ ਜਾਣਾ ਅਸੀਂ ਰੋਲਾ ਪਾਇਆ ਤੇ ਉਹਨਾਂ ਉਹਦਾ ਨਾਂ ਕਾਲੀ ਲਿਸਟ 'ਚ ਪਾ ਦਿੱਤਾ ਸਾਡੇ ਕਹਿਣ ਦੇ ਉੱਤੇ ਵੀਡੀਓ ਪਈ ਹੈ ਸਬੂਤ 'ਚ ਏ ਹੁਣ ਇਹ ਜਿਹੜਾ ਬਾਈਰ ਹੀ ਨੇ ਖਬਰ ਮਨੇਕਾ ਸਾਹਿਬ ਅਸਲ ਜਿਹੜੇ ਇਹ ਸ਼ੋਹਰ ਨੇ ਆਪਣਾ ਸੋਣੀ ਪੀਰ ਨਹੀਂ ਦੇ ਇਹ ਦੁਬਈ ਫਰਾਰ ਹੋ ਰਿਆ ਸੀ ਆਪਣੇ ਗਰੁੱਪ ਦੇ ਨਾਲ ਹੁਣ ਤੁਸੀਂ ਅੰਦਾਜ਼ਾ ਲਾ ਲਓ ਗਰੁੱਪ ਦੇ ਨਾਲ ਦੁਬਈ ਫਰਾਰ ਹੋ ਰਿਆ ਸੀ ਤਿੰਨ ਚਾਰ ਕੁੜੀਆਂ ਵੀ ਨਾਲ ਸੀ ਔਰ ਮੁੰਡੇ ਵੀ ਨਾਲ ਸੀ ਹੁਣ ਇਹ ਪਤਾ ਨਹੀਂ ਦੁਬਈ ਕੀ ਲੈਣ ਚਲਾ ਸੀ ਮੁੰਡਾ ਤੇ ਉਹ ਅੱਗੇ ਉੱਥੇ ਇੱਕ ਜਿਹੜਾ ਪੈਸਿਆਂ ਦੇ ਉੱਤੇ ਬਹਿ ਕੇ ਤੇ ਰੋਜ਼ ਝੂਠੇ ਲਿੰਦਾ ਜਿਹੜੇ ਲੁੱਟਿਆ ਨੇ ਨਾ ਇਹ ਹੁਣ ਦੁਬਈ ਫਰਾਰ ਹੋ ਰਿਆ ਸੀ ਸਾਢੇ 3 ਵਜੇ ਤੇ ਸਾਈਆਂ ਉੱਥੇ ਧਰ ਲੈ ਧਰ ਕੇ ਤੋਂ ਨਾ ਐਂਟੀ ਕ੍ਰਾਪਸ਼ਨ ਵਾਲੇ ਪੈ ਗਿਆ ਉਹਨਾਂ ਲੈ ਗਿਆ ਅੰਦਰ ਤੇ ਉਹਨਾਂ ਫਿਰ ਉੱਥੇ ਸ਼ੁਰੂ ਉਹਨਾਂ ਪਾਜਾਉਣ ਸ਼ੁਰੂ ਕੀਤਾ ਤੇ ਇਹ ਤੁਸੀਂ ਜਰਾ ਜ਼ੁਲਮ ਦੇ ਇੰਤਿਹਾਕ ਚੈੱਕ ਕਰੋ ਚਲੋ 2400 ਕਰੋੜ ਰੁਪਇਆ ਕ੍ਰਾਪਸ਼ਨ ਕਰ ਲਈ ਬੈਂਕਾਂ 'ਚ ਪਿਆ ਸੀਲ ਹੋ ਜਾਏਗਾ ਮੁੰਡਾ ਨਸ ਗਿਆ ਹੈ ਦੂਜਾ ਮੁੰਡਾ ਰੁਪੋਸ਼ ਹੈ ਪੀਰਨੀ ਦਰਬਾਰ ਦੇ ਪਿੰਡ ਦੇ ਵਿੱਚ ਇਹਨਾਂ ਦਾ ਕਬਰਿਸਤਾਨ ਸੀ ਕਬਰਿਸਤਾਨ ਜਿੱਥੇ ਲੋਕਾਂ ਦੇ ਅਬਾਉ ਅਜਦਾਦ ਜਿਹੜੇ ਨੇ ਉਹ ਦਫਨ ਨੇ ਉਸ ਕਬਰਿਸਤਾਨ ਨੂੰ ਮਸਮਾਰ ਕਰਕੇ ਥੱਲੇ ਕਬਰਾਂ ਨੇ ਉੱਪਰ ਸ਼ਾਦੀ ਹਾਲ ਬਣਾ ਦਿੱਤਾ ਪੀਰਨੀ ਆਂਦੀ ਐ ਮੈਂ ਪਰਹੇਜ਼ਗਾਰ ਆ ਮੈਂ ਹਰ ਵਕਤ ਪਰਦੇ ਚ ਰਹਿਨੀ ਆ ਮੈਂ ਪਹੁੰਚੀ ਹੋਈ ਔਰਤ ਆ ਕਬਰਿਸਤਾਨ ਤੇ ਸੁਹਾਗਾ ਫੇਰ ਕੇ ਪਧਰਾ ਕਰਕੇ ਉੱਤੇ ਸ਼ਾਦੀ ਹਾਲ ਬਣਾ ਦਿੱਤਾ ਥੱਲੇ ਮਰਦੇ ਤੇ ਉੱਤੇ ਸ਼ਾਦੀ ਹਾਲ ਕਦੀ ਸੁਣਿਆ ਤੁਸੀਂ ਕੋਈ ਜਿੰਨਾ ਵੀ ਗਲਤਕਾਰੀ ਗਲਤਕਾਰ ਹੋਏ ਬੰਦਾ ਕੋਈ ਜਿੰਨਾ ਵੀ ਥੱਕਿਆ ਇਨਸਾਨ ਹੋਏ ਕੋਈ ਜਿੰਨਾ ਵੀ ਬਦਬਖਤ ਹੋਏ ਉਹ ਇਹ ਕੰਮ ਨਹੀਂ ਕਰ ਸਕਦਾ اور ਪਾਕਿਸਤਾਨ ਦੀ ਤਾਰੀਖ ਤੇ ਵਿੱਚ ਇਹ ਖਾਵਰ ਮਨੇਕਾ ਔਰ ਪੀਰਨੀ ਪਹਿਲੀ ਅੰਦੋਸ਼ਖਸੀਅਤ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਕਬਰਸਤਾਨ ਨੂੰ ਮਸਮਾਰ ਕਰਕੇ ਉਹਦੇ ਉੱਤੇ ਸ਼ਾਦੀ ਹਾਲ ਬਣਾ ਦਿੱਤਾ ਥੱਲੇ ਮਰਦੇ ਨੇ ਉੱਤੇ ਸ਼ਾਦੀ ਹਾਲ ਤੇ ਇਹ ਇਹ ਵੀ ਕੇਸ ਜਿਹੜਾ ਇੱਦੇ ਤੇ ਪੈ ਗਿਆ 2400 ਕਰੋੜ ਜ਼ਮੀਨਾਂ ਤੇ ਕਬਜ਼ੇ ਕਬਰਸਤਾਨਾਂ ਤੇ ਕਬਜ਼ੇ ਪਲਾਜ਼ਿਆਂ ਤੇ ਕਬਜ਼ੇ ਜ਼ਰੀ ਜ਼ਮੀਨਾਂ ਤੇ ਕਬਜ਼ੇ ਤਕਰਰੀਆਂ ਤਬਾਦਲੇ ਮੈਨੰਗ 1500 2000 ਅਰਬ ਦੀ ਇਹ ਖੇਡ ਹੈ ਇਹ ਖਬਰ ਮਨੇ ਕ ਜਿਹੜਾ ਫੜਿਆ ਗਿਆ ਤੇ ਐਂਟੀ ਕ腐ਸ਼ਨ ਵਾਲੇ ਚੱਟਾ ਸਾਹਿਬ ਸੁਹੇਲ ਜ਼ਫਰ ਚੱਟਾ ਸਾਹਿਬ ਸलाम ਪੇਸ਼ ਕਰਨੇ ਆ ਤੁਹਾਨੂੰ ਸਾਡਾ ਮਿੱਠਾ ਸੋਨਾ ਗਵਰਨਮੈਂਟ ਕਾਲਜ ਦਾ ਰਾਵੀਨ ਤੇ ਖਿੱਚ ਕੇ ਖਿੱਚ ਕੇ ਚੱਟਾ ਸਾਹਿਬ ਖਿੱਚ ਕੇ ਰੱਖਣਾ ਠੀਕ ਹੋ ਗਿਆ ਅੱਗੇ ਆ ਜਾਓ ਜੀ ਅਟਕ ਜੇਲ ਤੋਂ ਅਟਿਆਲਾ ਜੇਲ জমানত না হো سکے এ ও নtheta ਨਮਰ ਉਹ ਪਾ ਗਏ ਜੀ ਖਾਨ ਸਾਹਿਬ ਦੀ জমানਤ ਜਿਹੜੀ ਉਹ ਹੋਣੀ ਚਾਹੀਦੀ اسلام آباد হাইকোর্ট ਦੇ ਵਿੱਚ ਕੇਸ ਲਵਾ ਦਿੱਤਾ ਉਹ ਜਿਹੜੇ ਰਮਲ ਵਕੀਲ ਨੇ ਉਹ ਚੁਰਦੇ ਵੀ ਇੰਜ ਨੇ ਜਿਵੇਂ ਰਮਲ ਇਹ ਜਿਹੜੇ ਵਕੀਲ ਨੇ ਆ ਨਹੀਂ ਪੰਜੋਤਾਰੀ ਤੇ ਉੱਥੇ ਜਾ ਕੇ ਜਿੰਨੇ ਜੀ ਰਿਆ ਕਰੋ ਖਾਨ ਉਹਨੇ ਕਿਹਾ ਰਾਕ ਕੇ ਚੱਕਰਚ ਕਰੀਏ ਉਹਨੇ ਉਹਨੇ ਕਿਹਾ আচ্ছা ਉਹ ਜਿਹੜੀ ਜਿਹੜੀ ਉਹ ਅਦਾਲਤ ਤੇ ਸੀਕ੍ਰੇਟ ਐਕਟ 3 ਉਹਨੇ ਕੀ ਫੈਸਲਾ ਦਿੱਤਾ ਇਸ ਜ਼ਮਾਨਤ ਤੇ ਉਹਨੇ ਕਿਹਾ ਜੀ ਉਹਨੇ ਕਿਹਾ ਇਹ ਜ਼ਮਾਨਤ ਹੋ ਹੀ ਨਹੀਂ ਸਕਦੀ ਇਹ ਨਾਕਾਬਲੇ ਜ਼ਮਾਨਤ ਜੁਰਮ ਤੇ ਫਿਰ ਉਹ ਇਸਲਾਮਾਬਾਦ ਦੇ ਹਾਈ ਕੋਰਟ ਦੇ ਚੀਫ ਨੇ ਕਿਹਾ ਕਿ ਫਿਰ ਇੱਥੇ ਕੀ ਲੈਣ ਆਇਓ ਇੱਥੇ ਤੁਸੀਂ ਫਿਰ ਮੇਰੇ ਨਾਲ ਟੋਰਨੀਆਂ ਨੇ ਜਦੋਂ ਇੱਕ ਇੱਕ ਨੇ ਕਹਿ ਦਿੱਤਾ ਕਿ ਫਲਾਣੀ ਫਲਾਣੀ ਸ਼ਿਕ ਲੱਗੀ ਏ ਤੁਹਾਡੇ ਤੇ ਤੇ ਇਹ ਅਫੀਸ਼ੀਅਲ ਸੀਕ੍ਰੇਟ ਐਕਟ ਤੇ ਇਹ ਮੁਲਕ ਨਾਲ ਗੱਦਾਰੀ ਏ ਤੇ ਇਹਦੀ ਜ਼ਮਾਨਤ ਨਹੀਂ ਹੋ ਸਕਦੀ ਤੇ ਫਿਰ ਮੇਰੇ ਕੋਲ ਕੀ ਲੈਣਾ ਹੈ ਅੱਛਾ ਸਰ ਇੰਜ ਕਰੋ ਜ਼ਮਾਨਤ ਨਹੀਂ ਦੇਣੀ ਤੇ ਇਹਨੂੰ ਅਟਕ ਤੋਂ ਅਡਿਆਲਾ ਜੇਲ੍ਹ ਪਹੁੰਚਾ ਛੜੋ ਉਹਨਾਂ ਕਹੇ ਖੈਰ ਤੇ ਹੈ ਕੀ ਮਸਲਾ ਉਹ ਤਖਾਨ ਸਾਹਿਬ ਤੇ ਹੋ ਵਕੀਲ ਤੇ ਕਹਿੰਦੇ ਨੇ ਕਿ ਹਜ਼ਾਰ ਸਾਲ ਵੀ ਉੱਥੇ ਰਹਿ ਸਕਦੇ ਨੇ ਬੜਾ ਮਜ਼ੇਦਿਚ ਨੇ ਦੇਸੀ ਚੂਚੇ 파ੜ ਦੇ ਨੇ ਪਾਇ ਰਮਲ ਸ਼ਮਲ ਵੀ ਕਦੀ ਸ਼ਾਮ ਨੂੰ ਆ ਜਾਂਦਾ ਉਤੋਂ ਛੱਤ 파ੜ ਕੇ ਤੇ ਕੀ ਹੈ ਮਸਲਾ ਉਥੇ ਨਹੀਂ ਜੀ ਨਹੀਂ ਉਥੇ ਕਲਾਸ ਨਹੀਂ ਠੀਕ ਵੱਡੀ ਕਲਾਸ ਤੇ ਉਹ AC ਵਾਲੀ ਤੇ ਫਲਾਣੀ ਤੇ ਫਰਿੱਜ ਵਾਲੀ ਤੇ ਉਹਨਾਂ ਨੇ ਕਿ ਹਰਸ਼ਾ ਤੇ ਉਥੇ ਦਿੱਤੀ ਉਹਨਾਂ ਨੂੰ ਪੂਰਾ ਕਮਰਾ ਬਣਾ ਕੇ ਦਿੱਤਾ ਹੈ ਫਰਿੱਜਾਂ TV ਨਵਾਂ ਬਾਥਰੂਮ ਉਸ ਤੋਂ ਬਾਅਦ ਨਵੇਂ ਸੋਫੇ ਕਾਰਪਟ ਬੈੱਡ ਹਰਸ਼ਾ ਤੇ ਦੇ ਦਿੱਤੀ ਔਰ ਫਿਰ ਨਹੀਂ ਜੀ ਅਡਿਆਲਾ ਲਿਆ ਉਹ ਮੌਜੂਦ ਦੂਜਾ ਵਕੀਲ ਜਿਹੜਾ ਉਹ ਬੋਲ ਪਿਆ ਉਹਨਾਂ ਨੇ ਕਿ ਸਰ ਜੀ ਅਡਿਆਲਾ ਸਿਰਫ ਪੁੜੀ ਆਸਤੇ ਕਹਿੰਦਾ ਜੇ ਪਿਆ ਗੱਲ ਸਿੱਧੀ ਜੀ ਕਿਉਂਕਿ ਉੱਥੇ ਪੁੜੀ ਨਹੀਂ ਵੀ ਮਿਲਦੀ ਇੱਥੇ ਪੁੜੀ ਦਾ ਸਾਰਾ ਹਸਾਬ-ਕਤਾਬ ਹੈ ਤੇ ਇਹ ਪੁੜੀ ਆਸਤੇ ਜਿਹੜਾ ਨਾ ਇਹ ਇਹ ਜੱਜ ਸਾਹਿਬ ਇਹ ਇਹ ਸਿਰਫ ਕਹਿ ਰਹੇ ਨੇ ਬਾਕੀ ਕਲਾਸ ਉੱਥੇ ਵੀ ਅਸੀਂ ਇਹ ਵਾਣੀ ਕਰ ਦਿੱਤੀ ਹੈ ਸਾਰਾ ਕੁਝ ਲਾ ਦਿੱਤਾ ਹੈ ਹਰਸ਼ ਹੈ ਮਤਲਬ ਕਿ ਸਾਰਾ ਕੁਝ ਹੈ ਤੇ ਰਮਲ ਅਲੀ ਵੀ ਆ ਜਾਂਦੇ ਨੇ ਮਤਲਬ ਆ ਕੇ ਕੋਈ ਲੱਤਾਂ ਲੁੱਤਾਂ ਘਟਾਕਟੂ ਜਾਂਦੇ ਨੇ ਤੇ ਸਾਰਾ ਕੁਝ ਹੈ ਲੇਕਿਨ ਇਹ ਸਿਰਫ ਪੁੜੀ ਆਸਤੇ ਇਹ ਨਸ਼ੇ ਆਸਤੇ ਇਹ ਨੂੰ ਇੱਥੇ ਬੁਲਾਉਂਦੇ ਨੇ ਬਕਾ ਡਿਆਲਾ ਜੇਲ੍ਹ ਦੇ ਵਿੱਚੋਂ ਮਿਲ ਬੁਲ ਜਾਂਦੀ ਹੈ ਪੁੜੀ ਆਸਾਨੀ ਦੇ ਨਾਲ ਤੇ ਇਹ ਸਰਕਾਰ ਉਹਦੀ ਫਿਲਹਾਲ ਤੇ ਕੋਈ ਫੈਸਲਾ ਨਹੀਂ ਹੋਇਆ ਇੰਨਾ ਉਹਨਾਂ ਨੇ ਕਿਹਾ ਕਿ ਅੱਛਾ ਯਾਰ ਅਸੀਂ ਵਿੰਨ ਜਾਵੇ ਉਹਨੂੰ ਅਟਕ ਤੋਂ ਅਡਿਆਲਾ ਫਿਰ ਲੈ ਆਵੀਏ ਜੇ ਰੋਲਾ ਪੂਰੀ ਦਾ ਤੇ ਇਮਰਾਨ ਰਿਆਜ ਸਾਹਮਣੇ ਆ ਗਿਆ ਜੀ ਘਰ ਦੇ ਵਿੱਚ ਹੀ ਸੀ ਔਰ ਜੋ ਆ ਇਰਾਦਾ ਵੀ ਚਲਾਉਂਦਾ ਰਿਹਾ ਪੀਰ ਨਹੀਂ ਔਰ ਗੋਗੀ ਵਾਲਾ ਤੇ ਸਾਰਾ ਸਾਬ ਅਸੀਂ ਦੱਸ ਚੁੱਕੇ ਹਾਂ ਤੇ ਹੁਣ ਸਾਨੂੰ ਪੂਰੀ ਯਕੀਨ ਹੈ ਕਿ ਇਹ ਇਮਰਾਨ ਰਿਆਜ ਇਨਸਾਨ ਬਣ ਕੇ ਰਹੇਗਾ ਔਰ ਪਾਕਿਸਤਾਨ ਬਣ ਕੇ ਰਹੇਗਾ ਔਰ ਪਾਕਿਸਤਾਨੀਅਤ ਇਹਦੇ ਵਿੱਚੋਂ ਨਜ਼ਰ ਵੀ ਆਣੀ ਚਾਹੀਦੀ ਹੈ ਇਹ ਯੁੱਥਿਆਪਾ ਛੱਡ ਕੇ ਪਾਕਿਸਤਾਨੀਅਤ ਜਿਹੜੀ ਉਹ ਨਜ਼ਰ ਆਣੀ ਚਾਹੀਦੀ ਏ ਤੇ ਪੀਰਨੀ ਦਾ ਅਸਲ ਸ਼ੋਰ ਜਿਹੜਾ ਉਹ ਗ੍ਰਫਤਾਰ ਹੋ ਗਿਆ ਕਬਰਸਤਾਨ ਢਾਕੇ ਤੇ ਉੱਤੇ ਸ਼ਾਦੀਆਂ ਬਣਾ ਦਿੱਤਾ ਇਹ ਹੁਣ ਪਤਾ ਨਹੀਂ ਉੱਥੇ ਸ਼ਾਦੀਆਂ ਕਿਦੀਆਂ ਕਿਦੀਆਂ ਹੋਈਆਂ ਥੱਲੇ ਤੇ ਮੁਰਦੇ ਨੇ ਤੇ ਉੱਤੇ ਸ਼ਾਦੀ ਗੱਲ ਬੜੀ ਗੜਬੜੇ ਸੁਣਿਆ ਬਹੁਤ ਸ਼ੁਕਰੀਆ